ਅੱਛਾ ਇਹਦੀ ਤੁਸੀਂ ਡਿਮਾਂਡ ਕਿੰਨੀ ਕਰਦੇ ਹੋ ਤੇ ਪਿਆਰ ਮੁਹੱਬਤ ਰੇਟ ਕਿੰਨਾ ਮੰਗਦੇ ਹੋ 41 ਇਹਦੀ ਡਿਮਾਂਡ ਕਿੰਨੀ ਹੈ ਇਹਦਾ 1 ਲੱਖ ਰੁਪਏ ਮੰਗਣਾ 90 ਦਿਸਾਂ ਇਹਦੀ ਤੁਸੀਂ ਡਿਮਾਂਡ ਕਿੰਨੀ ਕਰਦੇ ਹੋ ਤੇ ਪਿਆਰ ਮੁਹੱਬਤ ਰੇਟ ਕਿੰਨਾ ਹੋ ਜਾਣਾ ਮੁੱਲ 75 ਕਰ ਰਹੇ 65 ਦੇ ਵੇਚਣੇ ਲੁੱਡਨ ਮੰਡੀ .pk ਚੈਨਲ ਦੇਖਣ ਵਾਲੇ ਤਮਾਮ ਉਸ ਦੋਸਤਾਂ ਨੂੰ ਸਾਡੀ ਤਰਫੋਂ ਅਸਲਾਮੁ ਅਲੈਕੁਮ ਦੋਸਤੋ ਲੁੱਡਨ ਮੰਡੀ ਦੀ ਤਾਜ਼ਾ ਤਰੀਨ ਸੂਰਤ ਹਾਲ ਤੋਂ ਆਗਾਹ ਰੱਖਣ ਵਾਸਤੇ ਅਸੀਂ ਇਸ ਵਕਤ ਮੰਡੀ ਦੇ ਉਸ ਹਿੱਸੇ ਦੇ ਵਿੱਚ ਆ ਚੁੱਕੇ ਹਾਂ ਜਿਸ ਜਗ੍ਹਾ ਤੇ ਝੋਟੀਆਂ ਤੇ ਕਟੀਆਂ ਮੌਜੂਦ ਨੇ ਇਹਨਾਂ ਦੇ ਰੇਟਾਂ ਦੇ ਬਾਰੇ ਤੁਹਾਨੂੰ ਆਗਾਹ ਕਰਨ ਤੋਂ ਪਹਿਲੇ ਸਾਡੇ ਦੋਸਤਾਂ ਅੱਗੇ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਥ ਮੌਜੂਦ ਘੰਟੀ ਦੇ ਨਿਸ਼ਾਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਨੂੰ ਮਿਲ ਸਕੇ ਤੇ ਵੀਡੀਓ ਦਾ ਆਗਾਜ਼ ਅਸੀਂ ਕਰਨੇ ਆ ਇੱਕ ਦੋਸਤੇ ਕੋਲੋਂ ਜਿਹੜੇ ਕਿ ਆਪਣੀ ਝੋਟੀ ਇੱਥੇ ਲੈ ਕੇ ਆਏ ਨੇ ਉਹਨਾਂ ਦੀ ਉਮਰ ਤੇ ਰੇਟ ਦੇ ਬਾਰੇ ਅਸੀਂ ਉਹਨਾਂ ਨਾਲ ਤਫਸੀਲਾਂ ਗੱਲ ਕਰਨੇ ਆ ਕਿ ਅੱਜ ਦਾ ਰੇਟ ਕੀ ਮੰਗ ਰਹੇ ਨੇ ਤੇ ਬਾਕੀ ਤਫਸੀਲ ਉਹਨਾਂ ਕੋਲ ਪੁੱਛਣੇ ਆ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਛੋਟੇ ਬਈ ਕੀ ਨਾਂ ਤੁਹਾਡਾ ਸਲਮਾਨ ਅੱਛਾ ਸਲਮਾਨ ਸਾਹਿਬ ਤੁਸੀਂ ਇਹ ਝੋਟੀਆਂ ਦਾ ਪ੍ਰੋਪਰ ਬਿਜ਼ਨਸ ਕਰਦੇ ਹੋ ਕਾਰੋਬਾਰ ਕਰਦੇ ਹੋ ਜੀ ਬਿਲਕੁਲ ਜੀ ਇਹ ਕਾਰੋਬਾਰ ਕਰਦੇ ਨੇ ਬਿਜ਼ਨਸ ਕਰਦੇ ਨੇ ਕਿਸੇ ਦੋਸਤ ਨੂੰ ਕਿਸੇ ਵੀ ਦਿਨ ਝੋਟੀਆਂ ਚਾਹੀਦੀਆਂ ਹੋਵਨ ਇਹਨਾਂ ਦਾ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਵਾ ਦਿੰਦੇ ਆ ਉਸ ਨੰਬਰ ਤੇ رابطہ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਕਰ ਸਕਦੇ ਹੋ ਅੱਜ ਕਿੰਨੇ ਨਗ ਲੈ ਕੇ ਆਏ ਹੋ 12 ਨਗ ਲਏ ਆਏ ਬਈ ਅੱਛਾ 12 ਨਗ ਲੈ ਕੇ ਆਏ ਹੋ ਜਿਹੜੀ ਮੰਡੀ ਹੈ ਇਹਦੀ ਪਰਫਾਰਮੈਂਸ ਕਿਹਸੀ ਹੈ ਜਦੋਂ ਵੀ ਤੁਸੀਂ ਇੱਥੇ ਮਾਲ ਲੈ ਕੇ ਆਂਦੇ ਹੋ ਇੱਥੇ ਸੇਲ ਹੋ ਜਾਂਦਾ ਜੀ ਜੀ ਹਾਂਜੀ ਬਿਲਕੁਲ ਜੀ ਜ਼ਬਰਦਸਤ ਇਹ ਮੰਡੀ ਬਹੁਤ ਨੀਲੀ ਦੀ ਮਸ਼ਹੂਰ ਹੈ ਦੂਰ ਦੂਰ ਲੋਕ ਆਂਦੇ ਨੇ ਖਰੀਦਦਾਰੀ ਕਰਕੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਲੈ ਕੇ ਇੱਥੋਂ ਦੀ ਝੋਟੀਆਂ ਜਾਂਦੇ ਨੇ ਕਿਉਂਕਿ ਵਾਹਿਦ ਨੀਲੀ ਦੀ ਮੰਡੀ ਹੈ ਲੁੱਡਨ ਮੰਡੀ ਜਿਹੜੀ ਕਿ ਜ਼ਿਲ੍ਹਾ ਵਿਹਾੜੀ ਦੇ ਇਲਾਕੇ ਲੁੱਡਨ ਵਿੱਚ ਹਰ ਬੋਦਲ ਦੇਣ ਲੱਗਦੀ ਹੈ ਅੱਛਾ ਅੱਜ ਤੁਸੀਂ ਇਹ ਝੋਟੀ ਦੇ ਬਾਰੇ ਦੱਸੋ ਇਹ ਵਜ਼ਨ ਕਿੰਨੇ ਚ ਹੈ ਤੇ ਮੂੰਹ ਚੁਕੀ ਹੈ 4.5 ਮਣੇ ਦੁੰਦੀ ਹੈ ਮੂੰਹ ਚ ਦੁੰਦੀ ਹੋ ਚੁਕੀ ਹੈ ਅੱਛਾ 4.5 ਮਣੇ ਇਹਦਾ ਤੁਸੀਂ ਵਜ਼ਨ ਦੱਸ ਰਹੇ ਹੋ ਤੇ ਇਹਦੇ ਤੁਸੀਂ ਰੇਟ ਕੀ ਮੰਗ ਰਹੇ ਹੋ ਮੰਡੀ 'ਚ ਖੜੇ ਹੋ ਕੇ ਤੇ ਫਾਈਨਲ ਪਿਆਰ ਮੁਹੱਬਤ ਰੇਟ ਕਿੰਨਾ ਹੋ ਜਾਣਾ 160 ਮੰਗਦੇ ਪਏ ਆ ਤੇ ਮੁਨਾਸਿਬ ਜਿਹਾ ਰੇਟ ਸਾਡੇ ਉਹ ਦੋਸਤ ਜਿਹੜੇ YouTube ਤੇ ਤੁਹਾਡੀ ਵੀਡੀਓ ਵੇਖਣਗੇ ਉਹਨਾਂ ਨੂੰ ਪਿਆਰ ਮੁਹੱਬਤ ਦਾ ਰੇਟ ਚਾਹੀਦਾ ਕਿਉਂਕਿ ਜਿਹੜਾ ਕਸਟਮਰ ਇੱਥੇ ਬਰਾਇਰਾਸ ਆਂਦਾ ਉਹਨੇ ਤੇ ਬਹਿਸ ਕਰਕੇ ਗੱਡ ਰੇਟ ਤੁਹਾਡੇ ਕੋਲ ਕਰਵਾ ਲੈਣਾ ਲੇਕਿਨ YouTube ਤੇ ਤੁਸੀਂ ਖੁਦ ਹੀ ਮੁਨਾਸਿਬ ਜਿਹਾ ਰੇਟ ਮੰਗਣਾ ਤਾਂ ਕਿ ਤੁਹਾਡਾ ਨੰਬਰ ਤੇ رابطہ ਕਰਕੇ ਲੋਕ ਖਰੀਦਦਾਰੀ ਕਰ ਸਕਣ ਉਹ ਵਾਲਾ ਰੇਟ ਪਿਆਰ ਮੁਹੱਬਤ ਦਾ ਕਿੰਨਾ ਹੋ ਜਾਣਾ 130 ਹੋ ਜਾਣਾ ਐਂਡ ਦੇ ਜੀ ਬਿਲਕੁਲ ਜੀ ਭਾਈ ਨੇ ਰੇਟ ਫਾਈਨਲ ਅਨਾਉਂਸ ਕਰਤਾ ਬਾਕੀ ਤੁਹਾਡੇ ਕੋਲ ਕਿੰਨੇ ਨਾਗ ਖੜੇ ਨੇ ਕਿਹੜੇ ਨੇ ਬਾਕੀ ਹੈ ਨਾ ਤੁਸੀਂ ਆਜੋ ਜ਼ਰਾ ਅੱਗੇ ਉਹਨਾਂ ਨਾਲ ਗੱਲ ਕਰ ਲਈਏ ਠੀਕ ਹੋ ਗਿਆ ਕਿ ਇਹਨਾਂ ਦੇ ਬਾਕੀ ਵੀ ਨਾਗ ਖੜੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨੇ ਆ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਕੀ ਨਾਂ ਤੁਹਾਡਾ ਜੀ ਮਮਨ ਸ਼ਬਾਨ ਅੱਛਾ ਸ਼ਬਾਨ ਸਾਹਿਬ ਤੁਹਾਡੇ ਕੋਲ ਅੱਜ ਮਾਸ਼ਾਅੱਲਾ 4 ਇੱਕ ਨਾਗ ਲੈ ਕੇ ਖੜੇ ਹੋ ਅਸੀਂ ਇਹ ਪਹਿਲੇ ਨੰਬਰ ਦੀ ਗੱਲ ਕਰਨੇ ਆ ਇਹ ਕਿਹੜੀ ਨਸਲ ਦੀ ਹੈ ਨੀਲੀ ਬਿਲਕੁਲ ਜੀ ਨੀਲੀ ਦੀ ਮਸ਼ਹੂਰ ਇਲਾਕਾ ਤੇ ਨੀਲੀ ਦੀਆਂ ਹੀ ਕਟੀਆਂ ਤੇ ਝੋਟੀਆਂ ਇੱਥੇ ਮੌਜੂਦ ਹੁੰਦੀਆਂ ਨੇ ਤੇ ਸਾਡੇ ਜਿੰਨੇ ਵੀ ਦੋਸਤ ਇੱਥੇ ਝੋਟੀਆਂ ਲੈ ਕੇ ਆਉਂਦੇ ਨੇ ਯਕੀਨਨ ਉਹ ਨੀਲੀ ਦੀਆਂ ਹੀ ਆਉਂਦੀਆਂ ਨੇ ਅੱਛਾ ਕਿਹੜੇ ਨੀਲੀ ਦੇ ਇਲਾਕੇ 'ਚ ਖਰੀਦਦਾਰੀ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਨੀਲੀ ਅੱਛਾ ਠੀਕ ਹੋ ਗਿਆ ਤੇ ਇਹਦੀ ਅਸੀਂ ਗੱਲ ਕਰਨੇ ਆ ਇਹ ਉਮਰ ਕਿੰਨੀ ਹੈ ਦੀ ਮੂੰਹ ਚੁੱਕੀ ਹੈ ਤੇ ਵਜ਼ਨ ਕਿੰਨਾ ਹੈ ਦੁੰਦੀ ਮੂੰਹ 'ਚ ਦੁੰਦੀ ਹੈ ਜੀ ਹਾਂਜੀ ਵਜ਼ਨ ਕਿੰਨਾ ਹੈ ਇਹਦਾ 4.5 4.5 ਮਨ ਤੇ ਅੱਛਾ ਗਾਹਕਾਂ ਕੋਲੋਂ ਡਿਮਾਂਡ ਤੁਸੀਂ ਕਿੰਨੀ ਕਰਦੇ ਹੋ ਇਹਦੀ ਮੰਗਦੇ ਕਿੰਨੇ ਹੋ ਯਾਨੀ ਕਿ ਕਸਟਮਰ ਜਦੋਂ ਤੁਹਾਡੇ ਕੋਲ ਆਉਂਦਾ ਤੇ ਪਿਆਰ ਮੁਹੱਬਤ ਦਾ ਰੇਟ ਕਿੰਨਾ ਹੋ ਜਾਣਾ ਹੈ 1.5 ਮਜ਼ੀਦ ਦੇ ਵਿੱਚ ਗੁੰਜਾਇਸ਼ ਹੋਰ ਪਿਆਰ ਮੁਹੱਬਤ ਕਰੋ ਸਾਡੇ ਦੋਸਤਾਂ ਨੂੰ ਅੱਛਾ ਚਲੋ ਠੀਕ ਹੋ ਗਿਆ ਅੱਗੇ ਆ ਕੇ ਦੂਸਰੇ ਨੰਬਰ ਦੀ ਜਿਹੜੀ ਭਾਈ ਨੇ ਝੋਟੀ ਫੜੀ ਹੋਈ ਹੈ ਜ਼ਰਾ ਉਹ ਵੀ ਹਾਈਲਾਈਟ ਕਰ ਦਿਓ ਅਸੀਂ ਉਹਦੇ ਬਾਰੇ ਵੀ ਗੱਲ ਕਰਨੇ ਆ ਅੱਛਾ ਇਹ ਇਹਦੇ ਬਾਰੇ ਮੂੰਹ ਚੁਕੀ ਹੈ ਦੁੰਦੇ ਵਜ਼ਨ ਕਿੰਨਾ ਇਸ ਪੂਰੇ 4 ਇਹ ਪੂਰੇ 4 ਮਾਣ ਹੈ ਜੀ ਹਾਂਜੀ ਬਿਲਕੁਲ ਜੀ ਠੀਕ ਹੋ ਗਿਆ ਅੱਛਾ ਇਹਦੀ ਤੁਸੀਂ ਡਿਮਾਂਡ ਕਿੰਨੀ ਕਰਦੇ ਹੋ ਤੇ ਪਿਆਰ ਮੁਹੱਬਤ ਰੇਟ ਕਿੰਨਾ ਮੰਗਦੇ ਹੋ 140 ਤੇ ਗੁੰਜਾਇਸ਼ ਮਜ਼ੀਦ ਕਰਕੇ ਗੁੰਜਾਇਸ਼ ਫਾਈਨਲ ਰੇਟ ਹੈ ਜੀ ਫਾਈਨਲ ਰੇਟ ਹੈ ਸਾਡੇ ਬਰਾ ਨੇ ਫਾਈਨਲ ਰੇਟ ਅਨਾਉਂਸ ਕਰਤਾ ਕਿਸੇ ਦੋਸਤ ਨੂੰ ਅਗਰ ਇਹਨਾਂ ਦੇ ਰੇਟ ਤੇ ਝੋਟੀਆਂ ਪਸੰਦ ਹੋਣ ਤੇ ਅਸੀਂ ਮੋਬਾਈਲ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਵਾ ਦੇਣੇ ਆ ਤੁਸੀਂ ਉਸ ਨੰਬਰ ਤੇ رابطہ ਕਰਕੇ ਇਹਨਾਂ ਕੋ ਖਰੀਦਦਾਰੀ ਕਰ ਸਕਦੇ ਹੋ ਅੱਛਾ ਤੀਸਰਾ ਨੰਬਰ ਆ ਗਿਆ ਜੀ ਤੀਸਰਾ ਨੰਬਰ ਦੀ ਕਲਰ ਕੈਲਾ ਕਲਰ ਹੈ ਤੇ ਇਹ ਕਿਹੜੀ ਇਹ ਵੀ ਨਸਲ ਇਹੀ ਹੈ ਨੀਲੀ ਦੀ ਨੀਲੀ ਨਸਲ ਨੀਲੀ ਦੀ ਹੈ ਜੀ ਇਹ ਮੂੰਹ ਚੁੱਕੀ ਹੈ ਦੁੰਦੇ ਅੱਛਾ ਤੇ ਵਜ਼ਨ ਕਿੰਨਾ ਹੋ ਚੁੱਕਾ ਹੈ 4.5 4.5 ਮਨ ਇਹਦੀ ਡਿਮਾਂਡ ਕਿੰਨੀ ਹੈ ਤੇ ਪਿਆਰ ਮੁਹੱਬਤ ਦਾ ਰੇਟ ਕਿੰਨਾ ਹੈ 1.5 ਗੁੰਜਾਇਸ਼ ਕਰਕੇ 1.35 ਜ਼ਬਰਦਸਤ ਹੋ ਗਿਆ ਜੀ ਆਖਰੀ ਨਗ ਰਹਿ ਗਿਆ ਤੁਹਾਡੇ ਕੋਲ ਜਿਹੜਾ ਕਿ ਲਾਸਟ ਨੰਬਰ ਤੇ ਖੜਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਇਹ ਵਜ਼ਨ ਕਿੰਨਾ ਤੇ ਮੂੰਹ ਚੁਕੀ ਹੈ 5 ਮਣ ਮੂੰਹ ਚ ਦੁੰਦੀ ਹੈ ਹਾਂਜੀ ਅੱਛਾ ਤੁਹਾਡੇ ਕੋਲ ਮਾਲ ਇਹਦੇ ਵਿੱਚ ਤੁਸੀਂ ਇਹਦੇ ਕੋਲ ਗੱਬਣਾ ਵੀ ਆਉਂਦੀਆਂ ਨੇ ਹਾਂਜੀ ਹਾਂਜੀ ਗੱਬਣਾ ਗੱਬਣਾ ਵੀ ਤੁਹਾਡੇ ਕੋਲ ਮਿਲ ਜਾਣੀਆਂ ਨੇ ਹਾਂਜੀ ਬਿਲਕੁਲ ਜੀ ਸਾਡੇ ਦੋਸਤ رابطہ ਕਰਕੇ ਇਹ ਕਨਫਰਮ ਕਰ ਰਹੇ ਹਨ ਕਿ ਕਿਸੇ ਦੋਸਤ ਨਾਲ ਸਾਡਾ رابطہ ਕਰਵਾ ਦਿਓ ਜਿਨ੍ਹਾਂ ਕੋਲ ਗੱਬਣਾ ਝੋਟੀਆਂ ਹੋਵਨ ਤੇ ਇਹਦਾ ਮਤਲਬ ਹੈ ਤੁਹਾਡੇ ਕੋਲ ਗੱਬਣਾ ਵੀ ਹੁੰਦੀਆਂ ਨੇ ਕੋਈ ਦੋਸਤ ਤੁਹਾਡੇ ਨਾਲ رابطہ ਕਰਕੇ ਤੁਸੀਂ ਡਿਮਾਂਡ ਪੂਰੀ ਕਰ ਸਕਦੇ ਹੋ ਹਾਂਜੀ ਬਿਲਕੁਲ ਠੀਕ ਹੋ ਗਿਆ ਅੱਛਾ ਤੁਸੀਂ ਮੋਬਾਈਲ ਨੰਬਰ ਆਪਣਾ ਦੱਸੋ ਮੋਬਾਈਲ ਨੰਬਰ ਕੀ ਹੈ ਤੁਹਾਡਾ ਦੱਸ ਮੋਬਾਈਲ ਮੋਬਾਈਲ ਨੰਬਰ ਕੀ ਹੈ ਤੁਹਾਡਾ ਛੋਟੇ ਭਾਈ 0305 9957 350 350 ਤੁਹਾਡੀ ਸਕਰੀਨ ਤੇ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ ਹੈ ਅਗਰ ਇਹਨਾਂ ਦੀ ਝੋਟੀਆਂ ਤੇ ਰੇਟ ਪਸੰਦ ਹੋਣ ਤੇ ਇਹਨਾਂ ਦੇ ਨੰਬਰ ਤੇ رابطہ ਕਰਕੇ ਤੁਸੀਂ ਇਹਨਾਂ ਕੋਲ
अड्डा बुढ़ गुलाम के भाई रिहायशी ने अगर बुद्ध तो इलावा कोई दोस्त इन्हों मिलना चाहे या उत्थे जाके खरीदारी करना चाहे तो अड्डा बुढ़ गुलाम से जाके इन्होंने नंबर से राबता करके उत्थे जाके खरीदारी कर सकते हो। तुहाडे कोल किन्नियां के जोटियां मौजूद होंदियां ने उस डेरे ते अगर किसी दोस्त नूं 30 तों 40 नग चाहिए होवे तुसीं रिक्वायरमेंट पूरी कर लोगे? हाँ जी हो जाएगी 30 40 जोटी होंदी अपने कोल। बिल्कुल जी ठीक हो गया जबरदस्त हो गया। दोस्तों असीं गल करने आ कुछ होर दोस्तों दे नाल जिहड़े कि अपनी जोटियां लैके इस मंडी दे विच आए ने। दोस्तों अगर तुसीं चैनल नूं सबसक्राइब नहीं कीता तां चैनल नूं सबसक्राइब कर लो, अगर वीडियो तुहानूं पसंद आए तो वीडियो नूं भी जरूर लाइक कर देना। अस्सलाम वालेकुम जी। वालेकुम सलाम। भाईजान की नाम तुहाडा? सोनक। अच्छा सोनेखा ਤੁਸੀਂ ਇਹ ਜੋੜੀਆਂ ਦਾ ਪ੍ਰੋਪਰ ਕਾਰੋਬਾਰ ਕਰਦੇ ਹੋ, ਬਿਜ਼ਨਸ ਕਰਦੇ ਹੋ? ਜੀ 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 ਬਿਲਕੁਲ ਜੀ। ਅਗਰ ਕਿਸੇ ਦੋਸਤ ਨੂੰ ਬੁੱਧ ਤੋਂ ਇਲਾਵਾ ਵੀ ਜੋੜੀਆਂ ਚਾਹੀਦੀਆਂ ਹੋਵਨ ਤੇ ਇਹਨਾਂ ਕੋਲ ਮਿਲ ਸਕਦੀਆਂ ਨੇ, ਤੁਸੀਂ ਇਹਨਾਂ ਦਾ ਨੰਬਰ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਵਾ ਦਿੰਦੇ ਆ, ਉਸ ਨੰਬਰ ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਕਰ ਸਕਦੇ ਹੋ। ਅੱਜ ਕਿੰਨੇ ਕੁ ਨਗ ਲੈ ਕੇ ਆਏ ਹੋ? ਅੱਜ ਹੈ ਕਿ 10-12। 10-12 ਨਗ ਲੈ ਕੇ ਆਏ ਹੋ ਤੇ ਅੱਜ ਅਸੀਂ ਇਸ ਸਾਈਡ ਤੋਂ ਸ਼ੁਰੂ ਕਰਨੇ ਆ ਉਲਟੇ ਹੱਥ ਤੋਂ। ਇਹ ਜਿਹੜੀ ਜੋੜੀ ਖੜੀ ਕਿਹੜੀ ਨਸਲ ਦੀ ਹੈ? ਇਹ ਨੀਲੀ ਦੀ। ਨੀਲੀ ਦੀ ਹੈ। ਅੱਛਾ ਇਹ ਮੂੰਹ ਚੁੱਕੀ ਹੈ ਤੇ ਵਜ਼ਨ ਕਿੰਨਾ ਹੈ? ਦੁੰਦੀ ਹੈ। अच्छा मुँह चो दुंदी हो चुकी है, वजन कितना है? वजन 3.5-4 माने। 3.5-4 माने। अच्छा तुसी एदी गाहकां कोल डिमांड किन्नी करदे हो ते फाइनल प्यार मतलब रेट किन्ना है? फाइनल 1.15। एदे च मजीद गुंजाइश? 1.10 ते 1.10 हो जाएगा। अच्छा जी दूसरे नंबर ते जिहड़ी जोटी खड़ी एदे बारे असीं गल कर लैने आ कि इह वी यकीनन नीली दी है ते नीली दे इलाके तुसी खरीदारी जिन्नी वी करदे हो नीली दे इलाके चो करदे हो? जी हां। बिल्कुल जी। साडे दोस्त जिहड़े ने कि पूरे पाकिस्तान दे विच नीली दे चाहवण वाले बड़ी तादाद दे विच मौजूद ने ते नीली दा नां ही सुन के तो लोग मेरा ख्याल है कि मजीद इहदे विच डिमांड नहीं करदे, जदों नीली दा नां आंदा ते मुक चुक हो जांदा इसे पॉइंट ते। अच्छा इहदी गल करी ते मुंह चुकी है? इह दुंदी। ਤੇ ਵਜ਼ਨ ਕਿੰਨਾ ਹੋ ਚੁੱਕਿਆ? ਵਜ਼ਨ 3 ਮਾਣ। ਵਜ਼ਨ 3 ਮਾਣ। ਇਹਦੀ ਡਿਮਾਂਡ ਕਿੰਨੀ ਹੈ? ਇਹਦਾ 1,00,000 ਰੁਪਏ ਮੰਗਣਾ 90 ਦਿਸਾਂ। ਇਹਦਾ ਰੀਜ਼ਨ ਕੀ ਮਤਲਬ ਵਜ਼ਨ ਦਾ ਥੋੜ੍ਹਾ ਬਹੁਤ ਫਰਕ ਹੈ? ਹਾਂਜੀ ਹਾਂਜੀ। ਅੱਛਾ ਠੀਕ ਹੋ ਗਿਆ। ਅੱਗੇ ਤੀਸਰੇ ਨੰਬਰ 'ਤੇ ਅਸੀਂ ਆ ਜਾਂਦੇ ਹਾਂ, ਇਹ ਵਜ਼ਨ 'ਚ ਵੀ ਜ਼ਿਆਦਾ ਲੱਗ ਰਹੀ ਹੈ ਅਤੇ ਮੂੰਹ ਚੁੱਕੀ ਹੈ? ਖੀਰੀ। ਮੂੰਹ ਚੁੱਕੀ ਰਹੀ ਹੈ ਜੀ। ਅੱਛਾ ਵਜ਼ਨ ਕਿੰਨਾ ਇਹਦਾ? ਵਜ਼ਨ 5 ਮਾਣ। 5 ਮਾਣ ਹੈ। ਇਹਦੀ ਤੁਸੀਂ ਡਿਮਾਂਡ ਕਿੰਨੀ ਕਰਦੇ ਹੋ? ਇਹਦਾ ਡਿਮਾਂਡ 35 ਮੰਗਣਾ। ਅਤੇ ਪਿਆਰ ਮਤਲਬ ਰੇਟ? ਪਿਆਰ ਮੁਬਾਦਲਾ 130 ਦੀ। ਇਹਦੇ 'ਚ ਮਜ਼ੀਦ ਕੋਈ ਗੁੰਜਾਇਸ਼? ਹਾਂਜੀ ਬਿਲਕੁਲ ਨਹੀਂ। ਅੱਛਾ ਮਜ਼ੀਦ ਗੁੰਜਾਇਸ਼ ਨਹੀਂ ਹੈ, ਸਾਡੇ ਭਰਾ ਨੇ ਫਾਈਨਲ ਰੇਟ ਅਨਾਊਂਸ ਕਰਤਾ। ਅੱਛਾ ਜੀ ਆਖਰੀ ਨਾਗ ਰਹਿ ਗਿਆ, ਇਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰੀਏ ਤੇ ਇਹ ਮੂੰਹ ਚੁੱਕੀ ਹੈ ਤੇ ਵਜ਼ਨ ਕਿੰਨਾ ਹੈ? ਇਹ ਦੁੰਦੀ ਹੈ। ਅੱਛਾ ਦੁੰਦੀ ਹੋ ਚੁੱਕੀ ਹੈ ਤੇ ਇਹਦਾ ਵਜ਼ਨ ਕਿੰਨਾ ਹੈ? 5 ਮਾਣ। ਅੱਛਾ 5 ਮਾਣ। ਇਹਦੀ ਤੁਸੀਂ ਡਿਮਾਂਡ ਕਿੰਨੀ ਕਰਦੇ ਹੋ ਗਾਹਕਾਂ ਕੋਲੋਂ ਤੇ ਪਿਆਰ ਮਤਲਬ ਰੇਟ ਕਿੰਨਾ? 35 ਹੈ। ਅੱਛਾ ਤੇ ਰਿਆਇਤ ਕਰਕੇ ਕਨਸੈਸ਼ਨ? ਹਾਂਜੀ 30 ਦੀ। ਬਿਲਕੁਲ ਜੀ 31 ਸਾਡੇ ਭਰਾ ਨੇ ਇਹਦਾ ਫਾਈਨਲ ਰੇਟ ਅਨਾਊਂਸ ਕਰਤਾ। ਅੱਛਾ ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਦਿਓ ਕਿ ਤੁਹਾਡਾ ਮੋਬਾਈਲ ਨੰਬਰ ਕੀ ਹੈ? 0306 ਜੀ ਜੀ 8386-799। 799 ਤੁਹਾਡੀ ਸਕਰੀਨ 'ਤੇ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ। ਅਗਰ ਇਹਨਾਂ ਦੀ ਜੋਟੀਆਂ ਅਤੇ ਇਹਨਾਂ ਦੇ ਰੇਟ ਪਸੰਦ ਹੋਣ ਤਾਂ ਇਹਨਾਂ ਦੇ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਕਰ ਸਕਦੇ ਹੋ। ਅੱਛਾ ਤੁਸੀਂ ਲੁੱਡਨ ਮੰਡੀ 'ਚ ਅੱਜ ਆਏ ਹੋ, ਪਿੱਛੇ ਤੁਹਾਡਾ ਇਲਾਕਾ ਕਿਹੜਾ, ਰਿਹਾਇਸ਼ ਕਿਹੜੇ ਇਲਾਕੇ ਦੀ ਹੈ? ਰਿਹਾਇਸ਼ ਲੁੱਡਨ ਦੀ। ਰਿਹਾਇਸ਼ ਵੀ ਲੁੱਡਨ ਦੀ ਪ੍ਰੋਪਰ ਸ਼ਹਿਰ ਦੀ ਹੈ? ਜੀ 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 ਬਿਲਕੁਲ। ਸ਼ਹਿਰ ਤੋਂ ਥੋੜ੍ਹਾ ਜਿਹਾ ਨਜ਼ਦੀਕ, ਥੋੜ੍ਹਾ ਦੂਰ ਤੇ ਬਾਹਰ ਨਾਦਰਵਲੀ ਜੀ, ਬਾਬਾ ਦਰਬਾਰ ਬਾਬਾ ਨਾਦਰਵਲੀ, ਕੱਚੀ ਪੱਕੀ ਰੋਡ। ਕੱਚੀ ਪੱਕੀ ਰੋਡ 'ਤੇ ਜੀ, ਜ਼ਿਲ੍ਹਾ ਵਿਹਾੜੀ ਦਾ ਇਲਾਕਾ ਲੁੱਡਨ ਹੈ ਅਤੇ ਕੱਚੀ ਪੱਕੀ ਰੋਡ 'ਤੇ ਇਹਨਾਂ ਭਾਈ ਦੇ ਰਿਹਾਇਸ਼ ਹੈ। ਅਗਰ ਬੁੱਧ ਤੋਂ ਇਲਾਵਾ ਕੋਈ ਦੋਸਤ ਇਹਨਾਂ ਨੂੰ ਮਿਲਣਾ ਚਾਹੇ ਤਾਂ ਉਸ ਜਗ੍ਹਾ 'ਤੇ ਉਸ ਲੋਕੇਸ਼ਨ 'ਤੇ ਜਾ ਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ। ਅੱਛਾ ਤੁਹਾਡੇ ਨਾਲ ਵੀ ਅਸੀਂ ਗੱਲ ਕਰ ਲੈਂਦੇ ਹਾਂ ਕਿ ਮਜ਼ੀਦ ਜਿਹੜੀ ਤੁਸੀਂ ਜੋੜੀਆਂ ਦੋ ਫੜ ਕੇ ਖੜੇ ਹੋ, ਹਾਂਜੀ, ਤੁਸੀਂ ਇਹਨਾਂ ਦੇ ਨਾਲ ਇਕੱਠੇ ਆਏ ਹੋ? ਬਿਲਕੁਲ ਜੀ, ਭਤੀਜਾ ਮੇਰਾ, ਭਤੀਜਾ ਤੁਹਾਡਾ ਬਿਜ਼ਨਸ ਕਾਰੋਬਾਰ ਤੁਸੀਂ ਇਕੱਠਾ ਕਰਦੇ ਹੋ। ਬਿਲਕੁਲ ਜੀ, ਇਹਦੇ ਬਾਰੇ ਅਸੀਂ ਗੱਲ ਕਰੀਏ ਤੇ ਇਹ ਨੀਲੀ ਦੀ ਹੈ? ਯਕੀਨਨ ਨੀਲੀ, ਇਹ ਅਸਲ ਨੀਲੀ ਦੀਆਂ ਜੋੜੀਆਂ ਨੇ ਸਾਡੇ ਕੋਲ। ਜੀ, ਸਾਡੇ ਕੋਲ ਬਾਹਰ ਦੀ ਕੱਟੀ ਕੋਈ ਐਸੀ ਨਹੀਂ ਹੁੰਦੀ। ਜੀ ਜੀ। ਔਰ ਚੰਗੀਆਂ ਕਟੀਆਂ ਹੁੰਦੀਆਂ, ਚੰਗੀਆਂ ਮੱਝਾਂ ਬਣਾਉਣ ਵਾਲੀਆਂ ਹੁੰਦੀਆਂ ਨੇ। ਬਿਲਕੁਲ ਬਿਲਕੁਲ, ਇਹ ਚੰਗੀਆਂ ਕਟੀਆਂ ਨੇ, ਮਾੜੀਆਂ ਨਹੀਂ ਹੈਗੀਆਂ। ਜ਼ਬਰਦਸਤ ਹੋ ਗਿਆ। ਅੱਛਾ ਜੀ ਇਹਦੀ ਗੱਲ ਅਸੀਂ ਕਰਨੇ ਆ ਕਿ ਇਹ ਮੂੰਹ ਚੁੱਕੀ ਹੈ ਤੇ ਵਜ਼ਨ ਕਿੰਨਾ ਹੋ ਚੁੱਕਿਆ? ਮੂੰਹ ਚ ਦੁੰਦੀ ਇਹ 5.5 ਮਾਣ ਵਜ਼ਨ ਹੈ ਇਹਦਾ, 1.45 ਇਹਦਾ ਮੁੱਲ ਕਰਨਾ ਹੈ ਅਸੀਂ। ਜੀ, ਪਿਆਰ ਮਤਲਬ ਰੇਟ ਸਾਡੇ ਦੋਸਤਾਂ ਨੂੰ ਜਿਹੜੇ ਕਿ YouTube ਤੇ ਵੇਖਦੇ ਨੇ ਉਹਨਾਂ ਨੂੰ ਜ਼ਰਾ ਕਿ ਉਹ ਰੇਟ ਦੱਸੋ ਕਿ ਬੜਾ ਖਸੂਸੀ ਰਿਆਇਤ ਕਰਕੇ ਉਹ ਕਿੰਨਾ ਹੋਣਾ? 1.35 ਦੀ ਜੋਟੀ ਦੇ ਦੇਣੀ ਹੈ ਅਸੀਂ। ਬਿਲਕੁਲ ਠੀਕ ਹੋ ਗਿਆ। ਅੱਗੇ ਜਾ ਕੇ ਤੁਸੀਂ ਜਿਹੜੀ ਦੂਸਰੇ ਨੰਬਰ ਤੇ ਫੜੀ ਹੋਈ ਹੈ ਇਹ ਵੀ ਯਕੀਨਨ ਕਿਉਂਕਿ ਇਲਾਕਾ ਨੀਲੀ ਦਾ ਟੋਟਲ ਇੱਥੇ ਜਿਹੜੀ ਜੋਟੀਆਂ ਹੁੰਦੀਆਂ ਨੇ ਨੀਲੀ ਦੀਆਂ ਹੁੰਦੀਆਂ। ਹਾਂਜੀ ਬਿਲਕੁਲ ਜੀ, ਦਰਿਆਈ ਇਲਾਕਾ ਜੀ, ਬਿਲਕੁਲ 7-8 ਕਿਲੋਮੀਟਰ ਦੇ ਫਾਸਲੇ ਤੇ ਦਰਿਆਏ ਸਤਲੁਜ ਹੈ। ਹਾਂਜੀ ਜੀ ਬਿਲਕੁਲ, ਇਹ ਦਰਿਆ ਦੇ ਇਲਾਕੇ ਦੀ ਜੋਟੀਆਂ ਨੂੰ ਪੂਰੇ ਪਾਕਿਸਤਾਨ 'ਚ ਬੜਾ ਪਸੰਦ ਕੀਤਾ ਜਾਂਦਾ ਹੈ। ਜੋਟੀਆਂ ਵੀ ਚੰਗੀਆਂ ਹੁੰਦੀਆਂ ਨੇ, ਨੀਲੀ ਦੀਆਂ ਜੋਟੀਆਂ ਨੇ, ਸੋਹਣੀਆਂ ਜੋਟੀਆਂ ਹੁੰਦੀਆਂ ਨੇ ਜੀ। ਬਿਲਕੁਲ, ਚੰਗੀਆਂ ਮੱਝਾਂ ਬਣਦੀਆਂ ਨੇ ਜਦੋਂ ਵਿਕਦੀਆਂ ਨੇ, ਚੰਗੇ 4-5 ਲੱਖ ਦੀ ਇੱਕ ਮੱਝ ਵਿਕਦੀ ਹੈ, ਚੰਗੇ ਪੈਸਿਆਂ ਦੀ ਵਿਕਦੀ। ਬਿਲਕੁਲ ਜ਼ਬਰਦਸਤ ਹੋ ਗਿਆ। ਅੱਛਾ ਇਹਦੇ ਬਾਰੇ ਅਸੀਂ ਗੱਲ ਕਰਨੇ ਆ ਤੇ ਮੂੰਹ ਚੁੱਕੀ ਹੈ, ਵਜ਼ਨ ਕਿੰਨਾ ਹੈ? ਇਹਦਾ ਵਜ਼ਨ ਹੀ 5.5 ਮਾਣ ਹੈਗਾ, ਚੌਗੀ ਮੂੰਹ 'ਚ ਹੈਗੀ ਔਰ ਇਹਦਾ ਰੇਟ ਹੀ ਉਹਦੇ ਨਾਲ ਦਾ ਇੱਕੋ ਰੇਟ ਹੀ ਹੈਗਾ ਇਹਨਾਂ ਦੋਨਾਂ ਦਾ, ਬਰਾਬਰ ਰੇਟ ਹੈ ਜੀ। ਇਹ ਭਾਈਆਂ ਦਾ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਪਹਿਲੇ ਆ ਚੁੱਕਾ ਹੈ। ਅਗਰ ਇਹਨਾਂ ਦੀ ਜੋਟੀਆਂ ਤੇ ਇਹਨਾਂ ਦੇ ਰੇਟ ਪਸੰਦ ਹੋਣ ਤੇ ਤੁਸੀਂ ਉਸ ਨੰਬਰ ਤੇ ਰਾਬਤਾ ਕਰਕੇ ਇਹਨਾਂ ਕੋਲ ਖਰੀਦਦਾਰੀ ਕਰ ਸਕਦੇ ਹੋ। ਮਜ਼ੀਦ ਅਸੀਂ ਕੋਸ਼ਿਸ਼ ਕਰਨੇ ਆ ਕਿਸੇ ਹੋਰ ਬ੍ਰਾਂਡ ਨਾਲ ਗੱਲ ਕੀਤੀ ਜਾਵੇ ਤਾਂ ਕਿ ਰੇਟਾਂ ਦੇ ਬਾਰੇ ਅੱਛੀ ਤਰ੍ਹਾਂ ਅੰਦਾਜ਼ਾ ਹੋ ਸਕੇ ਕਿ ਅੱਜ ਦੇ ਰੇਟ ਕੀ ਚੱਲ ਰਹੇ ਨੇ। ਤੇ ਮੇਰੇ ਖਿਆਲ ਹੈ ਕਿ ਸਾਡੇ ਭਰਾ ਇੱਕ ਇੱਥੇ ਲੈ ਕੇ ਖੜੇ ਹੋਏ ਨੇ, ਛੋਟੇ ਨਾਗ ਨੇ, ਵਜ਼ਨ ਦੇ ਵਿੱਚ ਤੇ ਉਮਰ ਵਿੱਚ ਵੀ ਦੂਸਰਿਆਂ ਦੇ ਨਿਸਬਤ ਜ਼ਰਾ ਕੰਮ ਲੱਗ ਰਹੇ ਨੇ। ਅਸਲਾਮ
ਵਾਲੇਕੁਮ ਸਲਾਮ ਭਾਈ ਕੀ ਨਾਮ ਤੁਹਾਡਾ ਮੁਰਤਜ਼ਾ ਅੱਛਾ ਮੁਰਤਜ਼ਾ ਸਾਹਿਬ ਤੁਸੀਂ ਅੱਜ ਦੋ ਨਗ ਲੈ ਕੇ ਆਏ ਹੋ ਚੋਟੀਆਂ ਦੋ ਨਹੀਂ ਕਿੰਨੇ ਕੁ ਨਗ ਸੱਤ ਨਗ ਕਿੰਨੇ ਕੁ ਸੱਤ ਸੱਤ ਨਗ ਲੈ ਕੇ ਆਏ ਹੋ ਲੇਕਿਨ ਤੁਸੀਂ ਦੋ ਹੀ ਫੜੇ ਹੋਏ ਨੇ ਅਸੀਂ ਇਹਨਾਂ ਦੇ ਬਾਰੇ ਗੱਲ ਕਰ ਲੈਣਾ ਬਾਕੀ ਦੋਸਤਾਂ ਨਾਲ ਵੀ ਬਾਅਦ ਵਿੱਚ ਗੱਲ ਕਰਦੇ ਹਾਂ ਅਤੇ ਅੱਛਾ ਇਹ ਵਜ਼ਨ ਇਹਦਾ ਕਿੰਨਾ ਹੈ ਅਤੇ ਮੂੰਹ ਚੁੱਕੀ ਨੇ ਖੀਰੀਆਂ ਨੇ ਖੀਰੀਆਂ ਖੀਰੀ ਅਤੇ ਇਹ ਪਹਿਲੇ ਨੰਬਰ 'ਤੇ ਜਿਹੜੀ ਖੜੀ ਹੈ ਚੋਟੀ ਵਜ਼ਨ ਵਜ਼ਨ ਤਿੰਨ ਤਿੰਨ ਮਾਨੇ ਇਹਦੀ ਤੁਸੀਂ ਡਿਮਾਂਡ ਕਿੰਨੀ ਕਰਦੇ ਹੋ ਅਤੇ ਪਿਆਰ ਮੁਹੱਬਤ ਦਾ ਰੇਟ ਕਿੰਨਾ ਹੋ ਜਾਣਾ ਮੁੱਲ 75 ਕਰ ਰਹੇ 65 ਦੇ ਵਿੱਚ ਨੇ ਇਹਦੇ 'ਚ ਮਜ਼ੀਦ ਗੁੰਜਾਇਸ਼ ਕਨਸੈਸ਼ਨ ਹੋਰ ਕੋਈ ਹੋ ਸਕਦਾ 2000 ਹੋਰ ਛੱਡ ਦੇ ਸਰ ਮਜ਼ੀਦ ਵੀ ਸਾਡੇ ਭਰਾ ਨੇ ਅਨਾਊਂਸ ਕਰਤਾ ਜੀ 2000 ਰੁਪਇਆ ਰਿਆਇਤ ਵਾਲਾ ਅਤੇ ਅੱਗੇ ਦੂਸਰੇ ਨੰਬਰ 'ਤੇ ਜਿਹੜੀ ਜੋਟੀ ਖੜੀ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਬਰਾਬਰ ਹੈ ਜੀ ਹਾਂਜੀ ਬਰਾਬਰ ਅਤੇ ਠੀਕ ਹੋ ਗਿਆ ਅੱਛਾ ਤੁਸੀਂ ਆਪਣਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ ਕੀ ਹੈ 0340-169-95 69 ਤੁਹਾਡੀ ਸਕਰੀਨ 'ਤੇ ਇਸ ਬਾਈ ਦਾ ਨੰਬਰ ਆ ਚੁੱਕਿਆ ਅਗਰ ਤੁਹਾਨੂੰ ਇਹਨਾਂ ਦੀ ਜੋਟੀਆਂ ਅਤੇ ਇਹਨਾਂ ਦੇ ਰੇਟ ਪਸੰਦ ਹੋਣ ਅਤੇ ਇਸ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਬੁੱਧ ਤੋਂ ਇਲਾਵਾ ਵੀ ਖਰੀਦਦਾਰੀ ਕਰ ਸਕਦੇ ਹੋ ਕਿਉਂਕਿ ਬਿਜ਼ਨਸ ਕਰਦੇ ਨੇ ਕਾਰੋਬਾਰ ਕਰਦੇ ਨੇ ਅਤੇ ਇਹਨਾਂ ਦੇ ਪੁਆਇੰਟ 'ਤੇ ਬਾਕੀ ਦਿਨ ਵੀ ਹਫ਼ਤਾ ਐਤਵਾਰ ਦੇ ਭਾਵੇਂ ਸੋਮਵਾਰ ਹੋਵੇ ਇਹਨਾਂ ਕੋਲੋਂ ਇਹ ਜੋਟੀਆਂ ਮੌਜੂਦ ਹੁੰਦੀਆਂ ਨੇ ਅਸੀਂ ਬਾਕੀ ਦੋਸਤ ਨਾਲ ਕੋਸ਼ਿਸ਼ ਕਰ ਰਹੇ ਕਿ ਉਹਨਾਂ ਨਾਲ ਹੀ ਅਸੀਂ ਗੱਲ ਕਰ ਰਹੀਏ ਤਾਂ ਕਿ ਮੰਡੀ ਦੀ ਸੂਰਤ ਹਾਲ ਤੋਂ ਤੁਹਾਨੂੰ ਅੱਛੀ ਤਰ੍ਹਾਂ ਅੰਦਾਜ਼ਾ ਹੋ ਸਕੇ ਕਿ ਅੱਜ ਦਾ ਰੇਟ ਕੀ ਚੱਲ ਰਿਹਾ ਹੈ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਭਾਈ ਤੁਹਾਡਾ ਕੀ ਨਾਮ ਹੈ ਜ਼ਵਾਰ ਹੁਸੈਨ ਅੱਛਾ ਜ਼ਵਾਰ ਸਾਹਿਬ ਤੁਸੀਂ ਕਾਰੋਬਾਰ ਕਰਦੇ ਹੋ ਬਿਜ਼ਨਸ ਕਰਦੇ ਹੋ ਜੀ ਭਾਈ ਜੀ ਬਿਲਕੁਲ ਜੀ ਠੀਕ ਹੋ ਗਿਆ ਅੱਛਾ ਜਿਹੜੀ ਇਹ ਪਹਿਲੇ ਨੰਬਰ 'ਤੇ ਜੋਟੀ ਖੜੀ ਹੈ ਇਹ ਮੂੰਹ ਚੁੱਕੀ ਹੈ ਅਤੇ ਵਜ਼ਨ ਕਿੰਨਾ ਹੈ ਦੁੰਦੀ ਹੈ ਇਹਦਾ ਵਜ਼ਨ 4 ਮਣ ਅੱਛਾ 4 ਮਣ ਵਜ਼ਨ ਤੁਸੀਂ ਦੱਸ ਰਹੇ ਹੋ ਇਹਦੀ ਡਿਮਾਂਡ ਕਿੰਨੀ ਕਰਦੇ ਹੋ ਗਾਹਕਾਂ ਕੋਲੋਂ ਅਤੇ ਪਿਆਰ ਮੁਹੱਬਤ ਦਾ ਰੇਟ ਕਿੰਨਾ ਹੋਣਾ 1-5 ਮਜ਼ੀਦ ਗੁੰਜਾਇਸ਼ ਕਰਕੇ 1-15 ਕਰ ਲਓ ਜੀ ਬਿਲਕੁਲ ਜੀ ਠੀਕ ਹੋ ਗਿਆ ਸਾਡੇ ਭਰਾ ਨੇ ਬੜਾ ਪਿਆਰ ਮੁਹੱਬਤ ਦਾ ਰੇਟ ਅਨਾਊਂਸ ਕਰਤਾ ਹੈ ਅੱਗੇ ਦੂਸਰੇ ਨੰਬਰ 'ਤੇ ਜਿਹੜੀ ਜੋਟੀ ਖੜੀ ਹੈ ਇਹਦੇ ਬਾਰੇ ਕੀ ਕਹਿੰਦੇ ਹੋ ਮੂੰਹ ਚੁੱਕੀ ਹੈ ਅਤੇ ਵਜ਼ਨ ਕਿੰਨਾ 24 ਹੈਗੀ ਅਤੇ 1-15 ਇਹਦਾ ਵੀ ਫਾਈਨਲ ਰੇਟ ਹੈ ਜੀ ਹਾਂ ਫਾਈਨਲ ਬਿਲਕੁਲ ਜੀ ਠੀਕ ਹੋ ਗਿਆ ਸਾਡੇ ਭਰਾ ਨੇ ਫਾਈਨਲ ਰੇਟ ਅਨਾਊਂਸ ਕਰਤਾ ਅਗਰ ਤੁਸੀਂ ਆਪਣਾ ਮੋਬਾਈਲ ਨੰਬਰ ਸਾਡੇ ਦੋਸਤਾਂ ਨਾਲ ਸ਼ੇਅਰ ਕਰਨਾ ਚਾਹੋ ਤਾਂ ਮੋਬਾਈਲ ਨੰਬਰ ਕੀ ਹੋਣਾ ਤੁਹਾਡਾ 0302-100-1750 1750 ਤੁਹਾਡੀ ਸਕਰੀਨ 'ਤੇ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ ਅਗਰ ਇਹਨਾਂ ਦੇ ਰੇਟ ਪਸੰਦ ਹੋਣ ਤਾਂ ਇਹਨਾਂ ਦੇ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਕਰ ਸਕਦੇ ਹੋ ਅਤੇ ਕੋਸ਼ਿਸ਼ ਸਾਡੀ ਇਹ ਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨਾਲ ਗੱਲ ਕੀਤੀ ਜਾਵੇ ਤਾਂ ਕਿ ਮੰਡੀ ਦੀ ਕੰਡੀਸ਼ਨ ਅਤੇ ਸੂਰਤ ਹਾਲ ਤੋਂ ਅੱਛੀ ਤਰ੍ਹਾਂ ਅੰਦਾਜ਼ਾ ਹੋ ਸਕੇ ਕਿ ਅੱਜ ਦਾ ਰੇਟ ਕੀ ਚੱਲ ਰਿਹਾ ਕੁਛ ਐਸੇ ਦੋਸਤ ਨੇ ਜਿਹੜੇ ਕਿ ਮੰਡੀ ਦੇ ਵਿੱਚ ਔਨਲਾਈਨ ਖਰੀਦਦਾਰੀ ਦੇ ਮਾਮਲੇ ਦੇ ਵਿੱਚ ਵਾਕਿਫ ਨਹੀਂ ਨੇ ਉਹਨਾਂ ਨੂੰ ਅੰਦਾਜ਼ਾ ਨਹੀਂ ਕਿ ਬਿਜ਼ਨਸ ਕਿੰਨਾ ਕੁ ਹੋ ਰਹੀ ਹੈ ਯਕੀਨਨ ਉਹ ਇੱਥੇ ਕਾਰੋਬਾਰ ਕਰਨ ਆਉਂਦੇ ਨੇ ਜੋੜੀਆਂ ਲੈ ਕੇ ਸਾਰਾ ਦਿਨ ਖੜ੍ਹੇ ਹੁੰਦੇ ਨੇ ਅਤੇ ਮੇਰਾ ਖਿਆਲ ਹੈ ਕਿ ਅਸੀਂ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਛੋਟੇ ਬਾਈ ਕੀ ਨਾਮ ਤੁਹਾਡਾ ਮੁਮਨ ਵਸੀਮ ਅੱਛਾ ਵਸੀਮ ਸਾਹਿਬ ਪ੍ਰੋਪਰ ਯਕੀਨਨ ਤੁਸੀਂ ਕਾਰੋਬਾਰ ਕਰਦੇ ਹੋ ਜੋੜੀਆਂ ਦਾ ਬਿਜ਼ਨਸ ਕਰਦੇ ਹੋ ਅਤੇ ਕਿਸੇ ਦੋਸਤ ਨੂੰ ਬਹੁਤ ਇਲਾਵਾ ਵੀ ਚਾਹੀਦੀ ਹੋਵੇ ਤੁਸੀਂ ਦੇ ਸਕਦੇ ਹੋ ਜ਼ਰੂਰ ਦੇ ਬਿਲਕੁਲ ਠੀਕ ਹੋ ਗਿਆ ਅੱਛਾ ਪਹਿਲੇ ਨੰਬਰ 'ਤੇ ਜਿਹੜੀ ਜੋੜੀ ਖੜੀ ਹੈ ਇਹ ਮੂੰਹ ਚੁੱਕੀ ਹੈ ਵਜ਼ਨ ਕਿੰਨਾ ਇਹਦਾ ਇਹਦਾ ਵਜ਼ਨ ਤਕਰੀਬਨ 3.5 ਮਣ ਇਹਦਾ ਤਕਰੀਬਨ 4 ਮਣ ਅਤੇ ਮੂੰਹ ਚੁੱਕੀ ਨੇ ਖੀਰੀਆਂ ਨੇ ਦੁਨੀਆ ਚੋਕੀਆਂ ਨੇ ਕੰਡੀਸ਼ਨ ਇਹ ਖੀਰੀਆਂ ਨੇ ਤਿੰਨੇ ਖੀਰੀਆਂ ਨੇ ਅੱਛਾ ਇਹਦੀ ਗੱਲ ਅਸੀਂ ਕਰਨੇ ਆ ਇਹ ਬਰਾਬਰ ਰੇਟ ਦੀਆਂ ਨੇ ਘੱਟ ਵੱਧ ਰੇਟ ਇਹ ਤਕਰੀਬਨ ਬਰਾਬਰ ਰੇਟ ਹੀ ਮੰਗ ਰਿਹਾ ਇਹਨਾਂ ਦਾ ਬਰਾਬਰ ਡਿਮਾਂਡ ਕਰ ਰਹੇ ਹੋ ਗਾਹਕਾਂ ਕੋਲ ਕਿੰਨਾ ਮੰਗਦੇ ਹੋ ਅਤੇ ਪਿਆਰ ਮੁਹੱਬਤ ਦਾ ਰੇਟ ਕਿੰਨਾ ਹੋਣਾ ਵੈਸੇ ਇਹਨਾਂ ਦਾ 1-25 ਦੇ ਭਾਅ ਮੰਗ ਰਹੇ ਹਾਂ ਅੱਛਾ ਅਤੇ 10-12 ਦੇ ਭਾਅ ਦੇ ਦੇ ਸੈਂ ਇਹਦੇ 'ਚ ਮਜ਼ੀਦ ਹੈ ਗੁੰਜਾਇਸ਼ ਮਜ਼ੀਦ ਕਰ ਲਓ ਇਸ ਤੋਂ ਘੱਟ ਗੁੰਜਾਇਸ਼ ਇਸ ਤੋਂ ਘੱਟ ਨਹੀਂ ਹੋ ਸਕਦਾ ਜੀ ਸਾਡੇ ਭਰਾ ਨੇ ਫਾਈਨਲ ਰੇਟ ਅਨਾਊਂਸ ਕਰਤਾ ਅਗਰ ਮੋਬਾਈਲ ਨੰਬਰ ਆਪਣਾ ਦੱਸੋ ਮੋਬਾਈਲ ਨੰਬਰ ਕੀ ਤੁਹਾਡਾ 0301-39-1773 703 ਤੁਹਾਡੀ ਸਕਰੀਨ 'ਤੇ ਇਸ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ ਅਗਰ ਜੋਟੀਆਂ ਤੁਹਾਨੂੰ ਚਾਹੀਦੀਆਂ ਹੋਣ ਅਤੇ ਇਹਨਾਂ ਦੇ ਰੇਟ 'ਤੇ ਪਸੰਦ ਹੋਣ ਅਤੇ ਇਹਨਾਂ ਦੇ ਨੰਬਰ 'ਤੇ ਰਾਬਤਾ ਕਰਕੇ ਖਰੀਦਦਾਰੀ ਕਰ ਸਕਦੇ ਹੋ ਅੱਗੇ ਕਿਹੜੀ ਹੈ ਤੁਹਾਡੇ ਕੋਲ 3 ਨਗ ਨੇ 3 ਨਗ ਨੇ ਬਿਲਕੁਲ ਯਕੀਨਨ ਤੁਹਾਨੂੰ ਸੂਰਤ ਹਾਲ ਤੋਂ ਅੱਛੀ ਤਰ੍ਹਾਂ ਅੰਦਾਜ਼ਾ ਹੋ ਚੁੱਕਾ ਹੈ ਕਿ ਮੰਡੀ ਦੀ ਕੰਡੀਸ਼ਨ ਕੀ ਚੱਲ ਰਹੀ ਹੈ ਅਤੇ ਯਕੀਨਨ ਰੇਟਾਂ ਦੇ ਵਿੱਚ ਉਤਾਰ ਚੜਾਓ ਰਹਿ ਜਾਂਦਾ ਹੈ ਇਹਦੇ ਵਿੱਚ ਤੁਸੀਂ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਕਰਨਾ ਚਾਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਗਰ ਤੁਹਾਨੂੰ ਵੀਡੀਓ ਪਸੰਦ ਹੋਈ ਹੋ ਵੀਡੀਓ ਨੂੰ ਲਾਈਕ ਵੀ ਕਰ ਸਕਦੇ ਹੋ ਅਤੇ ਸਾਡੇ ਦੋਸਤ ਇੱਥੇ ਖੜ੍ਹੇ ਨੇ ਇਹਨਾਂ ਨਾਲ ਅਸੀਂ ਗੱਲ ਕਰਨੇ ਹਾਂ ਕਿ ਇਹ ਕਾਰੋਬਾਰ ਕਰਦੇ ਨੇ ਜਾਂ ਆਪਣੇ ਘਰ ਦੀ ਪਾਲੀ ਲੈ ਕੇ ਆਏ ਨੇ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਭਾਈਜਾਨ ਕੀ ਨਾਮ ਤੁਹਾਡਾ ਅਹਿਮਦ ਯਾਰ ਸਾਹਿਬ ਅੱਛਾ ਅਹਿਮਦ ਯਾਰ ਸਾਹਿਬ ਤੁਸੀਂ ਇਹ ਜਿਹੜੀ ਚੋਟੀ ਲੈ ਕੇ ਆਇਓ ਕਾਰੋਬਾਰ ਕਰਦੇ ਹੋ ਜਾਂ ਆਪਣੇ ਫਾਰਮ ਦੀ ਪਾਲੀ ਆਪਦੇ ਫਾਰਮ ਆਪਣੇ ਘਰ ਦੀ ਪਾਲੀ ਹੋਈ ਜੀ ਯਕੀਨਨ ਸਾਡੇ ਇਸ ਦੋਸਤ ਜਿਹੜੇ ਯੂਟਿਊਬ 'ਤੇ ਵੇਖਦੇ ਨੇ ਇਸ ਚੀਜ਼ ਨੂੰ ਬਹੁਤ ਲਾਈਕ ਕਰਦੇ ਨੇ ਪਸੰਦ ਕਰਦੇ ਨੇ ਕਿ ਜਿਹੜੇ ਦੋਸਤ ਘਰ ਦੀਆਂ ਚੋਟੀਆਂ ਲੈ ਕੇ ਆਉਣ ਉਹਨਾਂ ਦੀ ਜ਼ਰੂਰ ਵੀਡੀਓ ਬਣਾਇਆ ਕਰੋ ਅਤੇ ਤੁਸੀਂ ਮਾਸ਼ਾਅੱਲਾ ਸਾਡੇ ਹੱਥ ਲੱਗ ਚੁੱਕੇ ਹੋ ਅੱਛਾ ਇਹਦੇ ਬਾਰੇ ਅਸੀਂ ਗੱਲ ਕਰੀਏ ਅਤੇ ਇਹ ਮੂੰਹ ਚੁੱਕੀ ਹੈ ਵਜ਼ਨ ਕਿੰਨਾ ਮੂੰਹ 24 ਹੈ ਮੂੰਹ 24 ਹੈ ਇਹਦਾ ਵਜ਼ਨ ਦਾ ਅੰਦਾਜ਼ਾ ਹੋਇਆ ਤੁਹਾਨੂੰ ਕਿੰਨਾ ਕੁ ਹੈ 5.5-5 ਦੀ ਹੋਣੀ 5.5 ਮਨ ਦੇ ਕਰੀਬ ਕਰੀਬ ਸਾਡੇ ਭਰਾ ਇਹਦਾ ਵਜ਼ਨ ਦੱਸ ਰਹੇ ਨੇ ਅਤੇ ਇਹਦੀ ਤੁਸੀਂ ਆ ਕੇ ਕਸਟਮਰਾਂ ਕੋਲੋਂ ਡਿਮਾਂਡ ਕਿੰਨੀ ਕਰ ਰਹੇ ਹੋ ਅਤੇ ਤੁਹਾਡਾ ਕੀ ਇਰਾਦਾ ਕਿੰਨੇ ਤੱਕ ਸੇਲ ਕਰਨੀ ਹੈ 150 ਫਾਈਨਲ ਹਾਂਜੀ ਮਜ਼ੀਦ
495। 495 ਤੁਹਾਡੀ ਸਕਰੀਨ ਤੇ ਇਸ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ ਹੈ, ਲੇਕਿਨ ਇਹਨਾਂ ਕੋਲ ਸਿੰਗਲ ਲੱਗ ਗਿਆ ਜੀ, ਆਪਣੇ ਫਾਰਮ ਦੀ ਪਾਲੀ ਝੋਟੀ ਇੱਥੇ ਲੈ ਕੇ ਆਏ ਨੇ, ਅਤੇ ਮੁਮਕਿਨ ਹੈ ਕਿ ਇਹਨਾਂ ਦੀ ਸੇਲ ਹੋ ਜਾਵੇ ਜੀ। ਮੰਡੀ ਦੇ ਰੇਟਾਂ ਦੇ ਬਾਰੇ ਤੁਹਾਨੂੰ ਆਗਾਹ ਕਰਨ ਵਾਸਤੇ ਅਸੀਂ ਇੱਕ ਹੋਰ ਦੋਸਤ ਕੋਲ ਆ ਚੁੱਕੇ ਹਾਂ, ਜਿਹੜੇ ਕਿ ਆਪਣੀ ਕਟੀਆਂ ਅਤੇ ਝੋਟੀਆਂ ਇੱਥੇ ਲੈ ਕੇ ਆਏ ਹੋਏ ਨੇ। ਇਹਨਾਂ ਕੋਲ ਪੁੱਛਣਾ ਹੈ ਕਿ ਅੱਜ ਦੇ ਰੇਟ ਉਹ ਕੀ ਮੰਗ ਰਹੇ ਨੇ, ਅਤੇ ਵਜ਼ਨ ਅਤੇ ਮੋਬਾਈਲ ਨੰਬਰ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਵਾ ਦੇਣਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਬਾਈ ਕੀ ਨਾਂ ਤੁਹਾਡਾ? ਇਸਲਾਮ ਦੇ। ਅੱਛਾ ਇਸਲਾਮ ਸਾਹਿਬ, ਤੁਸੀਂ ਅੱਜ ਜਿਹੜੀ ਝੋਟੀਆਂ ਲੈ ਕੇ ਆਏ ਹੋ, ਆਪਣੇ ਘਰ ਦੀਆਂ ਪਾਲੀਆਂ ਜੇ ਜਾਂ ਕਾਰੋਬਾਰ ਕਰਦੇ ਹੋ? ਕਾਰੋਬਾਰ ਕਾਰੋਬਾਰ ਕਰਦੇ ਹੋ, ਬਿਜ਼ਨਸ ਕਰਦੇ ਹੋ, ਅਗਰ ਕਿਸੇ ਦੋਸਤ ਨੂੰ ਬੁੱਧ ਤੋਂ ਇਲਾਵਾ ਵੀ ਚਾਹੀਦੀ ਹੋਵੇ ਤੁਸੀਂ ਦੇ ਸਕਦੇ ਹੋ? ਦੇ ਸਕਦੇ। ਬਿਲਕੁਲ ਜੀ, ਠੀਕ ਹੋ ਗਿਆ। ਕਿੰਨੇ ਕੱਜ ਨਗ ਲੈ ਕੇ ਆਏ ਹੋ? ਦੋ। ਦੋ ਨਗ ਲੈ ਕੇ ਆਏ ਹੋ। ਅੱਛਾ ਅਸੀਂ ਇਹਦੀ ਗੱਲ ਕਰਨੀ ਆ, ਜਿਹੜੀ ਪਹਿਲੇ ਨੰਬਰ 'ਤੇ ਝੋਟੀ ਜਾਂ ਕੱਟੀ ਨੂੰ ਆਖਿਆ ਜਾ ਸਕਦਾ, ਥੋੜ੍ਹੀ ਉਮਰ ਦੀ ਹੈ, ਅਤੇ ਇਹ ਮੂੰਹ 'ਚ ਯਕੀਨਨ ਖੀਰੀ ਹੈ? ਖੀਰੀ। ਅਤੇ ਵਜ਼ਨ ਦੇ ਬਾਰੇ ਆਈਡੀਆ ਹੈ, ਵਜ਼ਨ ਕਿੰਨਾ ਇਹਦਾ? 28। 28 ਮਾਨੇ। ਅੱਛਾ, ਗਾਹਕਾਂ ਕੋਲੋਂ ਡਿਮਾਂਡ ਕਿੰਨੀ ਕਰ ਰਹੇ ਹੋ, ਅਤੇ ਪਿਆਰ ਮੁਹੱਬਤ ਵਾਲਾ ਰੇਟ ਤੁਸੀਂ ਕਿੰਨਾ ਕਰਦੇ ਜੇ? 56 ਮੰਗ ਰਹੇ ਹਾਂ। ਅਤੇ ਇਹਦੇ ਵਿੱਚ ਰਿਆਇਤ ਕਿੰਨੀ ਕਰਕੇ ਤੁਹਾਡਾ ਇਰਾਦਾ ਕਿੰਨੇ ਤੱਕ ਸੇਲ ਕਰਨੀ? 4000 ਰਿਆਇਤ। 4000 ਦਾ ਡਿਸਕਾਊਂਟ ਕਰਨਾ ਹੈ, ਅਤੇ ਤੁਹਾਡਾ ਮਤਲਬ ਹੈ 52000 ਦੀ ਸੇਲ ਕਰਨੀ ਹੈ? ਨਹੀਂ, ਇਹਦੇ ਵਿੱਚ ਮਜ਼ੀਦ ਗੁੰਜਾਇਸ਼ ਕੋਈ ਨਹੀਂ? ਕੋਈ ਨਹੀਂ, ਕੋਈ ਨਹੀਂ, ਫਾਈਨਲ ਰੇਟ ਹੈ ਜੀ? ਬਿਲਕੁਲ ਜੀ, ਸਾਡੇ ਬਾਈ ਨੇ ਫਾਈਨਲ ਰੇਟ ਅਨਾਊਂਸ ਕਰਤਾ। ਅੱਗੇ ਜੀ, ਦੂਸਰੇ ਨੰਬਰ 'ਤੇ ਜਿਹੜੀ ਝੋਟੀ ਖੜੀ ਹੈ, ਵਜ਼ਨ ਇਸ ਜ਼ਿਆਦਾ ਲੱਗ ਰਹੀ ਹੈ ਅਤੇ ਮੂੰਹ ਚੁੱਕੀ ਹੈ, ਖੀਰੀ ਹੈ? ਖੀਰੀ। ਅੱਛਾ, ਵਜ਼ਨ ਕਿੰਨਾ? 3.5 ਮਾਣ। 3.5 ਮਾਣੇ। ਇਹਦੀ ਡਿਮਾਂਡ ਕਿੰਨੀ ਕਰਦੇ ਹੋ, ਅਤੇ ਪਿਆਰ ਮੁਹੱਬਤ ਦਾ ਰੇਟ ਕਿੰਨਾ? 80। ਅਤੇ ਗੁੰਜਾਇਸ਼ ਕਰਕੇ ਰਿਆਇਤ ਕਰਕੇ ਕਿੰਨਾ? 76। ਠੀਕ ਹੋ ਗਿਆ ਜੀ, ਸਾਡੇ ਬਰਾਂ ਨੇ ਫਾਈਨਲ ਅਨਾਊਂਸ ਕਰਤਾ। ਅੱਛਾ, ਮੋਬਾਈਲ ਨੰਬਰ ਅਗਰ ਤੁਸੀਂ ਸਾਡੇ ਦੋਸਤਾਂ ਨੂੰ ਦੱਸਣਾ ਚਾਹੋ, ਅਤੇ ਮੋਬਾਈਲ ਨੰਬਰ ਕੀ, ਤਾਂ ਕਿ ਤੁਹਾਡੇ ਨਾਲ ਰਾਬਤਾ ਕਰਕੇ ਤੁਹਾਨੂੰ ਆਰਡਰ ਦੇ ਸਕੇ? ਮੋਬਾਈਲ ਨੰਬਰ ਤੁਸੀਂ ਨਹੀਂ ਰੱਖਦੇ ਹੋ, ਅਗਰ ਕਿਸੇ ਦੋਸਤ ਨੂੰ ਇਹਨਾਂ ਦੀ ਝੋਟੀਆਂ ਅਤੇ ਰੇਟ ਪਸੰਦ ਹੋਣ, ਅਤੇ ਹਰ ਬੁੱਧ ਨੂੰ ਇੱਥੇ ਸਾਡੇ ਬਰਾਂ ਆਉਂਦੇ ਨੇ, ਇੱਥੇ ਆ ਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ। ਅੱਛਾ, ਮਜ਼ੀਦ ਕਿਸੇ ਹੋਰ ਦੋਸਤ ਨਾਲ ਗੱਲ ਕਰਨੇ ਆ, ਤਾਂ ਕਿ ਰੇਟਾਂ ਦੇ ਸੂਰਤ ਹਾਲ ਤੋਂ ਤੁਹਾਨੂੰ ਅਸੀਂ ਤਫਸੀਲਾਂ ਲਗਾ ਕਰ ਸਕੇ, ਪਤਾ ਚੱਲ ਸਕੇ ਕਿ ਅੱਜ ਦੇ ਰੇਟ ਕੀ ਚੱਲ ਰਹੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਭਾਈਜਾਨ ਕੀ ਨਾਂ ਤੁਹਾਡਾ? ਕਾਸ਼ਿਫ ਅਲੀ। ਅੱਛਾ ਕਾਸ਼ਿਫ ਸਾਹਿਬ, ਅੱਜ ਕਿੰਨੇ ਕੁ ਨਗ ਲੈ ਕੇ ਆਏ ਹੋ? ਨਗ ਲੈ ਕੇ ਆਏ ਸਨ 6। 6, ਅਤੇ ਮਾਸ਼ਾਅੱਲਾ ਸੇਲ ਕਿੰਨੇ ਕੁ ਹੋ ਗਏ ਨੇ? ਸੇਲ 2 ਰਹਿ ਗਏ ਨੇ। 6 ਵਿੱਚ 2 ਰਹਿ ਗਏ ਨੇ ਜੀ। ਸਵੇਰ ਦਾ ਟਾਈਮ ਹੈ, ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਇੱਥੇ ਨੀਲੀ ਦੀਆਂ ਝੋਟੀਆਂ ਦਾ ਬਿਜ਼ਨਸ ਕਿੰਨਾ ਹੁੰਦਾ ਜੀ। ਸਾਡੇ ਦੋਸਤ ਜਿੰਨੇ ਵੀ ਇੱਥੇ ਜਾਨਵਰ ਲੈ ਕੇ ਆਉਂਦੇ ਨੇ, ਅਤੇ ਉਹ ਸੇਲ ਕਰਕੇ ਸ਼ਾਮ ਨੂੰ ਜਾਂਦੇ ਨੇ। ਅੱਛਾ ਜੀ, ਤੁਹਾਡੇ ਕੋਲ ਅੱਜ ਇਹ ਇੱਕ ਨਗ ਇਹ ਖੜਾ, ਦੂਸਰਾ ਕਿਹੜਾ? ਇੱਕ ਝੋਟੀ ਆ ਖੜੀ, ਇੱਕ ਝੋਟੀ ਉਹ ਭਾਈ ਲੈ ਕੇ, ਉਹ ਭਾਈ ਅੱਗੇ ਲੈ ਕੇ ਖੜਾ ਹੋਇਆ ਜੀ। ਇਹਦੀ ਅਸੀਂ ਗੱਲ ਕਰੀਏ, ਤੇ ਇਹ ਮੂੰਹ ਚੁੱਕੀ ਹੈ, ਤੇ ਵਜ਼ਨ ਕਿੰਨਾ ਹੈ? ਵਜ਼ਨ ਇਹਦਾ 4 ਮਾਣੇ, ਮੂੰਹ ਤੋਂ ਖੀਰੀ ਹੈ ਜੀ। ਮੂੰਹ ਚੋਂ ਖੀਰੀ ਹੈ ਜੀ। ਅੱਛਾ, ਡਿਮਾਂਡ ਕਿੰਨੀ ਗਾਹਕਾਂ ਕੋਲ ਕਰ ਰਹੇ ਹੋ, ਤੇ ਤੁਹਾਡਾ ਇਰਾਦਾ ਕਿੰਨੇ ਤੱਕ ਸੇਲ ਕਰਨਾ? ਡਿਮਾਂਡ ਦੀ ਜਾਇਜ਼ ਕਰ ਰਹੇ ਹਾਂ ਅਸੀਂ ਜੀ। ਜੀ, ਕੋਈ ਗੱਲ ਨਹੀਂ, ਤੁਸੀਂ ਗਾਹਕਾਂ ਨੂੰ 1-10 ਕਰ ਰਹੇ ਹੋ? 1-10 ਕਰ ਰਹੇ ਹੋ, ਤੇ ਪਿਆਰ ਮੁਹੱਬਤ ਦਾ ਰੇਟ ਕਿੰਨਾ ਹੋ ਜਾਣਾ? ਪਿਆਰ ਮੁਹੱਬਤ ਦਾ ਰੇਟ ਹੈ ਕਿ 95 ਰੁਪਏ। ਬਿਲਕੁਲ ਜੀ, ਠੀਕ ਹੋ ਗਿਆ, ਕਿਉਂਕਿ ਇੱਥੇ ਕਾਫੀ ਕਸਟਮਰ ਵੀ ਜਮ੍ਹਾਂ ਹੋ ਜਾਂਦੇ ਨੇ, ਸਾਡੇ ਦੋਸਤਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣਾ ਰੇਟ ਖਰਾਬ ਨਾ ਕਰਨ, ਥੋੜ੍ਹਾ ਆਹਿਸਤਾ ਬੋਲਦੇ ਨੇ, ਸਾਨੂੰ ਇਹਨਾਂ ਦੇ ਰਾਜ਼ਾਂ ਤੋਂ ਅਸੀਂ ਬਾਖੂਬੀ ਅਗਾਹ ਹੋ ਚੁੱਕੇ ਹਾਂ। ਅੱਛਾ, ਤੇ ਤੁਸੀਂ ਆਪਣਾ ਮੋਬਾਈਲ ਨੰਬਰ ਸਾਨੂੰ ਅਗਰ ਸ਼ੇਅਰ ਕਰਨਾ ਚਾਹੋ, ਤਾਂ ਮੋਬਾਈਲ ਨੰਬਰ ਕੀ ਤੁਹਾਡਾ? 0303 ਜੀ 7811046। 0 ਤੁਹਾਡੀ ਸਕਰੀਨ 'ਤੇ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ ਹੈ, ਅਸੀਂ ਮਜ਼ੀਦ ਵੀ ਜਾ ਕੇ ਉਹ ਝੋਟੀ ਚੈੱਕ ਕਰਵਾ ਦਿਓ। ਮੈਂ ਬਾਈ ਇਹਦੇ ਨਾਲ ਹੀ ਗੱਲ ਕਰਨਾ ਜਿਹੜੇ ਕਿ ਸਾਡੇ ਕੋਲ ਹੀ ਖੜੇ ਨੇ। ਅੱਛਾ, ਤੇ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰੀਏ, ਤੇ ਉਹ ਮੂੰਹ ਚੁੱਕੀ ਹੈ, ਤੇ ਵਜ਼ਨ ਉਹਦਾ ਕਿੰਨਾ ਹੈ? ਮੂੰਹ ਤੋਂ ਦੁੰਦੀ ਹੈ, ਵਜ਼ਨ ਉਹਦਾ 5.5 ਮਣ ਹੈ। ਅੱਛਾ, ਤੇ ਉਹ ਵੀ ਯਕੀਨਾਂ ਨੀਲੀ ਦੀ ਹੈ? ਹਾਂਜੀ, ਬਿਲਕੁਲ ਨੀਲੀ। ਅੱਛਾ, ਜਿੰਨੇ ਵੀ ਤੁਸੀਂ ਖਰੀਦਦਾਰੀ ਕਰਦੇ ਹੋ ਨੀਲੀ ਦੇ ਇਲਾਕੇ 'ਚ ਕਰਦੇ? ਹਾਂਜੀ, ਨੀਲੀ ਦੇ ਇਲਾਕੇ 'ਚ ਕਰਦੇ। ਤੇ ਤੁਹਾਡੀ ਰਿਹਾਇਸ਼ ਕਿਹੜੇ ਇਲਾਕੇ ਦੀ ਹੈ? ਰਿਹਾਇਸ਼ ਹਾਸਲਪੁਰ ਦੀ ਹੈ। ਹਾਸਲਪੁਰ ਦੀ ਹੈ, ਯਕੀਨਾਂ ਜੀ। ਦਰਿਆ ਜਿਹੜਾ ਸਤਲੁਜ ਹੈ, ਉਸ ਤੋਂ ਤਕਰੀਬਨ 14 ਤੋਂ 15 ਕਿਲੋਮੀਟਰ ਦੇ ਫਾਸਲੇ 'ਤੇ ਬਾਈ ਦੀ ਰਿਹਾਇਸ਼ ਹੈ। ਅਗਰ ਕੋਈ ਦੋਸਤ ਤੁਹਾਡੇ ਕੋਲ ਬੁੱਧ ਤੋਂ ਇਲਾਵਾ ਆਉਣਾ ਚਾਹੇ, ਤੇ ਉੱਥੇ ਆ ਕੇ ਤੁਹਾਡੇ ਕੋਲ ਇਸ ਤਰ੍ਹਾਂ ਦੀ ਝੋਟੀਆਂ ਮੌਜੂਦ ਹੁੰਦੀਆਂ ਨੇ, ਮਿਲ ਸਕਦੀਆਂ ਨੇ? ਬਿਲਕੁਲ ਮਿਲ ਸਕਦੀਆਂ। ਬਿਲਕੁਲ ਜੀ, ਠੀਕ ਹੋ ਗਿਆ। ਅੱਛਾ, ਮੋਬਾਈਲ ਨੰਬਰ ਆਪਣਾ ਦੱਸੋ, ਮੋਬਾਈਲ ਨੰਬਰ ਕੀ ਤੁਹਾਡਾ? 0303 7811046। 0 ਤੁਹਾਡੀ ਸਕਰੀਨ 'ਤੇ ਇਸ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ ਹੈ, ਲੇਕਿਨ ਆਖਰੀ ਨਗ ਦਾ ਰੇਟ ਰਹਿ ਗਿਆ, ਰੇਟ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਉਸ ਝੋਟੀ ਦਾ 1-30 ਮੁੱਲ ਹੈ। ਅਤੇ ਫਾਈਨਲ ਪਿਆਰ ਮੁਹੱਬਤ ਦਾ ਰੇਟ ਕਿੰਨਾ ਹੋ ਜਾਏ? ਫਾਈਨਲ 15। 1-15। ਬਿਲਕੁਲ ਜੀ, ਠੀਕ ਹੋ ਗਿਆ। ਅਗਰ ਰੇਟ 'ਤੇ ਝੋਟੀਆਂ ਪਸੰਦ ਆਈ ਹੋਣ, ਤਾਂ ਇਹਨਾਂ ਦੇ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲੋਂ ਖਰੀਦਦਾਰੀ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਨੇ ਆ ਕਿਸੇ ਹੋਰ ਦੋਸਤ ਨੂੰ ਮੰਡੀ ਦੇ ਕੋਨੇ ਕੋਨੇ 'ਤੇ ਜਾ ਕੇ ਤੁਹਾਨੂੰ ਰੇਟ ਚੈੱਕ ਕਰਾਈਏ, ਜੋੜੀਆਂ ਚੈੱਕ ਕਰਾਈਏ, ਅਤੇ ਭਰਾਵਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਇਵੇਂ ਜਾਰੀ ਰੱਖਿਆ ਹੋਇਆ ਜਿਹੜਾ ਕਿ ਉਹਨੂੰ ਰੁਕਣਾ ਨਹੀਂ ਚਾਹੀਦਾ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਭਾਈਜਾਨ ਕੀ ਨਾਂ ਤੁਹਾਡਾ? ਮਾਜਦ ਅਲੀ। ਅੱਛਾ ਮਾਜਦ ਸਾਹਿਬ, ਅੱਜ ਕਿੰਨੇ ਕੁ ਨਗ ਲੈ ਕੇ ਆਇਓ? 1 ਨਗ। 1 ਨਗ, ਇਹ ਆਪਣੇ ਘਰ ਦਾ ਪਾਲਿਆ ਜੇ ਜਾਂ ਫਾਰਮ ਦਾ? ਘਰ ਦਾ, ਯਾਨੀ ਕਿ ਬਿਜ਼ਨਸ ਨਹੀਂ ਕਰਦੇ ਹੋ ਤੁਸੀਂ, ਘਰ ਦੀ ਝੋਟੀ ਲੈ ਕੇ ਅੱਜ ਆਏ ਹੋ? ਹਾਂਜੀ। ਬਿਲਕੁਲ ਠੀਕ ਹੋ ਗਿਆ। ਇਹਦੇ ਮੂੰਹ 'ਚ ਖੀਰੀ ਹੈ? ਖੀਰੀ। ਅੱਛਾ, ਇਹ
ਅੱਛਾ ਕਾਸਿਮ ਸਾਹਿਬ ਤੁਸੀਂ ਝੋਟੀਆਂ ਦਾ ਪ੍ਰੋਪਰ ਕਾਰੋਬਾਰ ਕਰਦੇ ਹੋ ਜਾਂ ਕਰਦੀਆਂ ਪਾਲੀਆਂ ਹਾਂਜੀ ਹਾਂਜੀ ਪ੍ਰੋਪਰ ਪ੍ਰੋਪਰ ਕਾਰੋਬਾਰ ਕਰਦੇ ਹੋ ਯਾਨੀ ਕਿ ਕਿਸੇ ਦੋਸਤ ਨੂੰ ਬਹੁਤ ਅੱਗੇ ਪਿੱਛੇ ਵੀ ਚਾਹੀਦੀ ਹੋਣ ਤਾਂ ਤੁਸੀਂ ਦੇ ਸਕਦੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੋ ਗਿਆ ਅੱਛਾ ਦੀ ਗੱਲ ਅਸੀਂ ਕਰੀਏ ਜਿਹੜੀ ਕਿ ਪਹਿਲੇ ਨੰਬਰ 'ਤੇ ਝੋਟੀ ਖੜੀ ਹੈ ਹਾਂਜੀ ਇਹ ਮੂੰਹ 'ਚ ਕੀ ਹੈ ਅਤੇ ਵਜ਼ਨ ਕਿੰਨਾ ਇਹ ਦੁੰਦੀ ਹੈ ਜੀ ਅੱਛਾ ਮੂੰਹ 'ਚ ਦੁੰਦੀ ਹੈ ਵਜ਼ਨ ਕਿੰਨਾ ਵਜ਼ਨ ਇਹਦਾ ਤਕਰੀਬਨ ਹੋਣਾ 3.5 ਮਣ ਪੌਣੇ 4 ਮਣ 3.5 ਤੋਂ ਪੌਣੇ 4 ਮਣ ਇਹਦਾ ਤੁਸੀਂ ਵਜ਼ਨ ਦੱਸ ਰਹੇ ਹੋ ਅਤੇ ਗਾਹਕਾਂ ਕੋਲ ਡਿਮਾਂਡ ਕਿੰਨੀ ਕਰ ਰਹੇ ਹੋ ਅਤੇ ਜਿਹੜਾ ਰਿਆਇਤ ਲਈ ਕੰਨ 'ਚ ਤੁਸੀਂ ਰੇਟ ਦੱਸਦੇ ਹੋ ਇੱਕ ਦੂਸਰੇ ਵਿੱਚ ਅਤੇ ਉਹ ਸਾਨੂੰ ਉਹ ਵੀ ਦੱਸ ਦਿਓ ਕਿੰਨਾ ਕੁ ਡਿਮਾਂਡ ਕਰਦੇ ਹੋ ਅਤੇ ਉਹ ਪਿਆਰ ਮਤਲਬ ਰੇਟ ਕਿੰਨਾ ਡਿਮਾਂਡ ਤਾਂ ਅਸੀਂ ਕਹਿੰਦੇ ਹਾਂ 1.10 ਦੀ ਜੀ ਜੀ ਅਤੇ ਫਾਈਨਲ 95,000 ਦੀ ਹੋਣੀ 95,000 ਇਹ ਸਾਡੇ ਭਰਾ ਨੇ ਫਾਈਨਲ ਅਨਾਊਂਸ ਕਰਤਾ ਅਗਰ ਅੱਛਾ ਦੂਸਰੇ ਨੰਬਰ 'ਤੇ ਜਿਹੜੀ ਝੋਟੀ ਖੜੀ ਇਹ ਕਿਹੜੀ ਨਸਲ ਹੈ ਇਹ ਬਾਈ ਨੀਲੀ ਨਸਲ ਦੀ ਹੈ ਅੱਛਾ ਨੀਲੀ ਨਸਲ ਹੈ ਅਤੇ ਮੂੰਹ 'ਚ ਕੀ ਹੈ ਮੂੰਹ 'ਚ ਖੀਰੀ ਹੈ ਕੱਚੀ ਖੀਰੀ ਕੱਚੀ ਖੀਰੀ ਹੈ ਇਹਦਾ ਵਜ਼ਨ ਕਿੰਨਾ ਹੋਣਾ ਇਹਦਾ ਵਜ਼ਨ ਹੋਣਾ 2.5 ਮਣ ਪੌਣੇ 3 ਮਣ 2.5 ਤੋਂ ਪੌਣੇ 3 ਮਣ ਤੱਕ ਇਹਦਾ ਵਜ਼ਨ ਹੋ ਸਕਦਾ ਜੀ ਇਹਦੇ ਡਿਮਾਂਡ ਕਿੰਨੀ ਕਰ ਰਹੇ ਹੋ ਅਤੇ ਰਿਆਇਤ ਅਸੀਂ ਡਿਮਾਂਡ ਕਰ ਰਹੇ ਹਾਂ ਜੀ ਅਤੇ 75 ਫਾਈਨਲ ਹੈ ਫਾਈਨਲ ਰੇਟ ਹੈ ਅੱਛਾ ਮੋਬਾਈਲ ਨੰਬਰ ਕੀ ਹੈ ਅਗਰ ਕਿਸੇ ਦੋਸਤ ਨੂੰ ਤੁਹਾਡੀ ਜੋੜੀਆਂ ਤੁਹਾਡੇ ਰੇਟ ਪਸੰਦ ਹੋਣ ਤਾਂ ਕਿ ਤੁਹਾਡੇ ਨਾਲ ਆਸਾਨੀ ਨਾਲ ਰਾਬਤਾ ਹੋ ਸਕੇ ਕੀ ਮੋਬਾਈਲ ਨੰਬਰ 0340-6875-475 475 ਤੁਹਾਡੀ ਸਕਰੀਨ 'ਤੇ ਇਸ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ ਅਗਰ ਇਹਨਾਂ ਦੇ ਰੇਟ 'ਤੇ ਜੋੜੀਆਂ ਪਸੰਦ ਹੋਣ ਤਾਂ ਇਹਨਾਂ ਦੇ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਅੱਛਾ ਲੁੱਡਨ 'ਚ ਆਏ ਹੋ ਅਤੇ ਤੁਹਾਡਾ ਪਿੱਛੇ ਰਿਹਾਇਸ਼ ਕਿਹੜੀ ਹੈ ਇਲਾਕਾ ਕਿਹੜਾ ਹੈ ਇਲਾਕਾ ਹੀ ਹੈ ਡਾਕਖਾਨਾ ਲੁੱਡਨ ਹੀ ਹੈ ਜੀ ਜੀ ਅਤੇ ਬਸਤੀ ਬੋਰਡ ਗੁਲਾਮ ਬਸਤੀ ਬੋਰਡ ਗੁਲਾਮ ਦੇ ਬਾਈ ਰਿਹਾਇਸ਼ੀ ਨੇ ਅਗਰ ਬਹੁਤ ਤੋਂ ਇਲਾਵਾ ਕੋਈ ਦੋਸਤ ਇਹਨਾਂ ਕੋਲ ਜਾ ਕੇ ਖਰੀਦਦਾਰੀ ਕਰਨਾ ਚਾਹੇ ਅਤੇ ਜ਼ਿਲ੍ਹਾ ਵਿਹਾੜੇ ਦਾ ਇਲਾਕਾ ਹੈ ਜੀ ਲੁੱਡਨ ਦੇ ਇਲਾਕੇ ਦੇ ਵਿੱਚ ਇਹ ਬਹੁਤ ਵਾਲੇ ਦਿਨ ਮੰਡੀ ਲੱਗਦੀ ਹੈ ਅਤੇ ਇਸ ਲੁੱਡਨ ਤੋਂ ਤਕਰੀਬਨ 7-8 ਕਿਲੋਮੀਟਰ ਦੇ ਫਾਸਲੇ 'ਤੇ ਇਹ ਬਾਈ ਦੀ ਰਿਹਾਇਸ਼ ਹੈ ਉੱਥੇ ਜਾ ਕੇ ਤੁਸੀਂ ਇਹਨਾਂ ਦੇ ਡੇਰੇ 'ਤੇ ਖਰੀਦਦਾਰੀ ਕਰ ਸਕਦੇ ਹੋ ਕਟੀਆਂ ਨੇ ਥੋੜ੍ਹੀ ਉਮਰ ਦੀਆਂ ਨੇ ਇਹਨਾਂ ਦੇ ਬਾਰੇ ਤੁਹਾਨੂੰ ਅਸੀਂ ਆਗਾਹ ਕਰ ਦਈਏ ਕਿ ਅੱਜ ਦੇ ਰੇਟ ਇਹਨਾਂ ਦੇ ਕੀ ਚੱਲ ਰਹੇ ਨੇ ਇਸ ਬਾਈ ਦੇ ਨਾਲ ਅਸੀਂ ਗੱਲ ਕਰਨੇ ਹਾਂ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਬਾਈ ਕੀ ਨਾਮ ਤੁਹਾਡਾ ਮੁਹੰਮਦ ਅਦਨਾਨ ਅੱਛਾ ਅਦਨਾਨ ਸਾਹਿਬ ਤੁਸੀਂ ਯਕੀਨਨ ਇਹ ਝੋਟੀਆਂ ਦਾ ਬਰਾਬਰ ਬਿਜ਼ਨਸ ਹੀ ਕਰਦੇ ਹੋਵੋਗੇ ਅਤੇ ਘਰ ਦੀਆਂ ਤਾਂ ਪਾਲੀਆਂ ਨਹੀਂ ਲੈ ਕੇ ਆਇਓ ਨਹੀਂ ਘਰ ਦੀਆਂ ਪਾਲ ਕੇ ਅਤੇ ਘਰੋਂ ਲੈ ਕੇ ਆਇਆ ਘਰੋਂ ਲੈ ਕੇ ਆਇਓ ਨਹੀਂ ਇਹ ਤੁਸੀਂ ਖਰੀਦੋ ਫਰੋਖ ਦਾ ਕਾਰੋਬਾਰ ਕਰਦੇ ਬਿਜ਼ਨਸ ਕਰਦੇ ਹੋ ਬਿਜ਼ਨਸ ਤਾਂ ਕਿ ਤੁਹਾਨੂੰ ਸਾਡੇ ਦੋਸਤਾਂ ਨੂੰ ਇਹ ਪਤਾ ਚੱਲ ਸਕੇ ਕਿ ਤੁਹਾਡੇ ਕੋਲ ਅਗਰ ਇਹ ਦੋ ਨਾਲ ਫਰੋਖ ਹੋ ਜਾਵੇ ਤਾਂ ਕਿਸੇ ਵੀ ਟਾਈਮ ਤੁਹਾਡੇ ਨਾਲ ਰਾਬਤਾ ਕਰਨ ਅਤੇ ਉਹਨਾਂ ਨੂੰ ਤੁਸੀਂ ਮਤਲਬ ਮਯੂਸ ਨਹੀਂ ਕਰਨਾ ਕਿ ਸਾਡੇ ਕੋਲ ਜੋੜੀਆਂ ਖਤਮ ਹੋ ਗਈਆਂ ਨਹੀਂ ਨਹੀਂ ਬਿਲਕੁਲ ਮਕਸਦ ਪੁੱਛਣ ਦਾ ਵਕਤ ਜੋੜੀਆਂ ਹੁੰਦੀਆਂ ਨੇ ਆਪਣੇ ਬਿਲਕੁਲ ਜੀ 24 ਘੰਟੇ ਨਾਲ ਭਾਈਆਂ ਕੋਲ ਜੋੜੀਆਂ ਤੇ 7 ਦਿਨ ਮੌਜੂਦ ਹੁੰਦੀਆਂ ਨੇ ਐਸੇ ਬਿਲਕੁਲ ਠੀਕ ਹੋ ਗਿਆ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਹੈ ਕੱਟੀ ਹੈ ਥੋੜੀ ਉਮਰ ਦੀ ਹੈ ਇਹ ਮੂੰਹ ਚ ਤਾਂ ਯਕੀਨਨ ਖੀਰੀ ਹੈ ਵਜ਼ਨ ਕਿੰਨਾ ਹੋਣਾ ਇਹਦਾ ਇਹਨਾਂ ਦਾ 1.5 ਮਣ ਵਜ਼ਨ ਹੋਣਾ 1.5 ਮਣ ਵਜ਼ਨ ਹੈ ਇਹਦੀ ਤੁਸੀਂ ਗਾਹਕ ਕੋਲ ਡਿਮਾਂਡ ਕਿੰਨੀ ਕਰਦੇ ਹੋ ਤੇ ਪਿਆਰ ਮਤਲਬ ਰੇਟ ਕਿੰਨਾ ਪਿਆਰ ਮਾਬਾ ਤਾਂ 38,000 ਹੈ 38,000 ਦੋਵਾਂ ਦਾ ਬਰਾਬਰ ਰੇਟ ਹੈ ਹਾਂਜੀ ਬਰਾਬਰ ਤੇ ਅੱਜ ਕਿੰਨੇ ਕੁ ਨਗ ਲੈ ਕੇ ਆਇਓ ਅੱਜ 50 ਨਗ ਲੈ ਕੇ ਆਇਆ 50 ਨਗ ਲੈ ਕੇ ਆਇਓ ਤੇ ਅੱਛਾ ਮੋਬਾਈਲ ਨੰਬਰ ਕੀ ਹੈ ਤੁਹਾਡਾ ਮੋਬਾਈਲ 0332-6274-486 486 ਤੁਹਾਡੀ ਸਕਰੀਨ 'ਤੇ ਇਸ ਬਾਈ ਦਾ ਮੋਬਾਈਲ ਨੰਬਰ ਆ ਚੁੱਕਾ ਹੈ ਅਗਰ ਇਹਨਾਂ ਦੀ ਜੋੜੀਆਂ ਆਪਣੇ ਰੇਟ ਪਸੰਦ ਹੋਣ ਇਹਨਾਂ ਦੇ ਨੰਬਰ 'ਤੇ ਰਾਬਤਾ ਕਰਕੇ ਤੁਸੀਂ ਇਹਨਾਂ ਕੋਲ ਖਰੀਦਦਾਰੀ ਕਰ ਸਕਦੇ ਹੋ ਅਸ ਤੁਹਾਡੇ ਨਾਲ ਵੀ ਗੱਲ ਕਰਨੇ ਹਾਂ ਥੋੜ੍ਹਾ ਜਿਹਾ ਪਿੱਛੇ ਆ ਜਾਓ ਇਹਦੇ ਬਾਰੇ ਸਾਨੂੰ ਰੇਟਾਂ ਦੇ ਬਾਰੇ ਦੱਸ ਦਿਓ ਇਹ ਵੀ ਤੁਹਾਡੇ ਨਾਲ ਨੇ ਜੀ ਜੀ ਬਿਲਕੁਲ ਤੁਹਾਡੇ ਠੀਕ ਹੋ ਗਿਆ ਤੁਸੀਂ ਖੁਦ ਗੱਲ ਕਰਨੀ ਹੈ ਜਾਂ ਕਰ ਲਈਏ ਠੀਕ ਹੋ ਗਿਆ ਅੱਛਾ ਇਹਦੇ ਬਾਰੇ ਤੁਸੀਂ ਦੱਸੋ ਜਿਹੜੀ ਇਹ ਖੜੀ ਹੈ ਇਹਦੇ ਬਾਰੇ ਪਸ਼ਮ ਵਾਲੀ ਝੋਟੀ ਹੈ ਸੋਹਣੀ ਝੋਟੀ ਮਾਸ਼ਾਅੱਲਾ ਬਿਲਕੁਲ ਖੂਬਸੂਰਤ ਹੈ ਆਪ ਨੀਲੀ ਦੀ ਝੋਟੀਆਂ ਨੇ ਸਾਰੀਆਂ ਨੀਲੀ ਦੀ ਝੋਟੀਆਂ ਨੇ ਬਿਲਕੁਲ ਇਹ ਇਹਦੇ ਮੂੰਹ 'ਚ ਤਾਂ ਖੀਰੀ ਹੈ ਸਭ ਕਿੰਨਾ ਸਭ ਡੇਢ ਮਣ ਆਉਣੀਆਂ ਨੇ ਮਣ ਆਹ ਮਣ ਦੀਏ ਜੀ ਜੀ ਉਹ ਡੇਢ ਮਣ ਦੀ ਤੇ ਇਹਦੀ ਡਿਮਾਂਡ ਕਿੰਨੀ ਕਰ ਰਹੇ ਹੋ ਤੇ ਪਿਆਰ ਮਤਲਬ 35-36,000 ਡਿਮਾਂਡ ਹੈ ਨਹੀਂ ਇਹ ਜ਼ਰਾ ਘਾਟੇ ਵਜ਼ਨ ਹੈ ਜੀ ਇਹਦੇ ਤੁਸੀਂ ਕਨਸੈਸ਼ਨ ਕਰੋ ਕਿੰਨੀ ਹੋ 30-32,000 ਦੀ ਹੋਣੀ 30-32,000 ਦੀ ਇਸ ਬਾਈ ਨੇ ਫਾਈਨਲ ਰੇਟ ਅਨਾਊਂਸ ਕਰਤਾ ਠੀਕ ਹੈ ਜੀ ਅੱਲਾਹ ਹਾਫਿਜ਼